ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ, ਵੇਖ ਰਹੇ ਹੋ ਤੁਸੀਂ ਸਾਰੋਕੀ ਚੈਨਲ ਅਤੇ ਮੈਂ ਤੁਹਾਡਾ ਮਿਹਮਾਨ ਸ਼ਾਦੇਵ ਡੈਤ, ਜ਼ਿਲ੍ਹਾ ਗੁਜਰਾਤ, ਪਿੰਡ ਸਾਰੋਕੀ। ਸਭ ਤੋਂ ਪਹਿਲਾਂ ਤੁਹਾਡੇ ਭਰਾਵਾਂ ਦਾ ਸ਼ੁਕਰੀਆ। ਜੇ ਭਰਾ ਵੀਡੀਓ ਵੇਖਦੇ ਹੋ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ। ਜਿਨ੍ਹਾਂ ਜਿਹਨਾਂ ਭਰਾਵਾਂ ਪਿਛਲੀ ਵੀਡੀਓ 'ਤੇ ਸਲਾਮ ਆਖਿਆ, ਵਾਲੇਕੁਮ ਸਲਾਮ। ਜਿਹੜੇ ਨਵੇਂ ਭਰਾ ਵੀਡੀਓ ਵੇਖਦੇ ਹੋ ਪਿਓ, ਚੈਨਲ ਨੂੰ ਕਰਾਇਆ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਦਾ ਬਟਨ ਦੂਰ ਦਬਾ ਜੇ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਭਰਾਵਾਂ ਤੱਕ ਬਆਸਾਨੀ ਪਹੁੰਚ ਜਾਏ। ਅੱਜ ਦੀ ਵੀਡੀਓ ਕੁਝ ਇਸ ਤਰ੍ਹਾਂ ਵੇ, ਤਾਰੀਖ 4 ਅਗਸਤ ਬਰੋਜ਼ ਐਤਵਾਰ 2024। ਅੱਜ ਦੀ ਵੀਡੀਓ 'ਚ ਆ ਭਰਾਵਾਂ ਨੂੰ ਝੋਟੀ ਵਹਾਣੀ ਹੈ। ਇਹ ਪਰਸੋਂ ਰਾਤ ਦੀ ਸੂਈ ਹੈ, ਕੱਲ੍ਹ ਦਾ ਦਿਨ ਇਹਨੂੰ ਫਕਰ ਲੱਗੇ ਆ। ਨੰਬਰ ਨੋਟ ਕਰਾਸ਼ਨਾ 0300-18-84-98-176। ਲੋਕੇਸ਼ਨ ਕੁਝ ਇਸ ਤਰ੍ਹਾਂ ਵੇ, ਗੁਜਰਾਤ ਸ਼ਹੀਦ ਚੌਕ ਤੋਂ ਜਾਂ ਮੁਗਾ ਰੋਡ ਪੈਂਦਾ, ਤਕਰੀਬਨ 3 ਜਾਂ 4 ਕਿਲੋਮੀਟਰ ਕਾ ਸਾਡਾ ਪਿੰਡ ਸਾਰੋਕੀ ਹੈ। ਜੇ ਮੁਗਾ ਰਾਜ ਸਾਈਡ ਤੋਂ ਆ ਰਹੇ ਹੋ ਤਾਂ ਕੁੰਝਾਂ ਕ੍ਰਾਸ ਕਰਦਿਆਂ ਸਾਰ ਅੱਗੇ ਪਿੰਡ ਸਾਰੋਕੀ। ਝੋਟੀ ਜਿਹੜੀ ਹੈ ਨਾ, ਪਹਿਲਣ ਹੋਵੇ ਦੀ ਛੱਲੇ ਆਈ ਅੱਖ, ਮੱਥੇ 'ਤੇ ਬੋਲ, ਮੁੱਛ ਬੱਗੀ, ਥੱਲੇ ਜਿਹੜੀ ਕੱਟੀ ਹੈ ਨਾ ਉਹ ਬੜੀ ਪਿਆਰੀ ਹੈ। 5 ਕਲੀਆਂ ਕੱਟੀ ਹੋਵੇ ਦੀ, ਮੱਥੇ 'ਤੇ ਲੀਟ ਕੱਟੀ ਦੀ, ਚਾਰੇ ਪੈਰ ਧੋਤੇ ਨੇ, ਅਮਸਾ ਵਹਾਇਆ ਜੀ। ਅਗਲੇ ਦੋਵੇਂ ਖੋਰ ਵੀ ਧੋਤੇ ਨੇ ਅਤੇ ਪਿਛਲੇ ਦੋਵੇਂ ਖੋਰ ਵੀ ਧੋਤੇ ਨੇ। ਪੂਰੀ ਨਸਲੀ ਹੋਵੇ ਦੀ ਕੱਟੀ ਦੀ, ਆ ਨਸਲ ਬਾਤ ਕਰਕੇ ਝੋਟੀ ਆਉਂਦੀ ਹੈ ਸਿਰਫ ਸ਼ੌਕ ਦੀ ਵਿਆਹ ਤੂੰ। ਅਤੇ ਝੋਟੀ ਕੋ ਹਾਜ਼ਰ ਮੌਕਿਆ ਬੋਲਾ ਜਿਹਾ ਨਾ, ਪਰਸੋਂ ਦੀ ਸੂਈ ਹੋ ਕੇ 11 ਲੀਟਰ ਬੋਲਾ ਦੀ ਗਰੰਟੀ ਹੋਵੇ ਦੀ। ਇਹ ਲਿਬਾਸ ਇਹਦਾ ਦੱਸਦਾ ਵਾ, ਇਹਦੇ ਕੋਲ 14-15 ਲੀਟਰ ਜਿਹਾ ਨਾ ਹੋਵੇ ਦਾ, ਲੇਕਿਨ ਜੋ ਹਾਜ਼ਰ ਮੌਕਿਆ ਆ ਸੂ ਮੈਂ ਉਹ ਦੱਸਣਾ ਭਰਾਵਾਂ ਨੂੰ। ਵੱਖੀ ਨਿੱਕੀ ਹੋਵੇ ਦੀ, ਥਣ ਜਿਹਾ ਨਾ ਸਹੀ ਪਾਵਰ ਆ ਲੱਗੀ ਆ, ਅਤੇ ਫਿਰ ਸੀਲ ਸੌ ਬੜੀ ਹੋਵੇ ਦੀ, ਜਿਸਾਮਤ ਬੜੀ ਬਰੀਕ ਹੈ ਝੋਟੀ ਦੀ। ਅਤੇ ਮੈਂ ਸ਼ਾਹ ਸੱਟ ਕੇ ਲਾ ਮੇਰੇ ਹੁਕਮ ਨਾਲ, ਝੋਟੀ ਜਿਹੜੀ ਹੈ ਨਾ ਦੁੱਧ 14-15 ਲੀਟਰ ਦੇ ਦੀ। ਮਾਂ ਵੀ ਚੰਗੀ ਹੈ, ਮੈਂ ਥਣ ਛਣੇ ਦਾ ਚੰਗਾ, ਲਿਬਾਸ ਚੰਗਾ ਸੂ, ਸ਼ਕਲੋ ਸੁਰਤ ਚੰਗੀ ਸੂ, ਬਰੀਕ ਹੈ, ਚਮ ਜਿਹਾ ਨਾ ਬੜਾ ਬਰੀਕ ਹੈ, ਅਤੇ ਥੱਲੇ ਦੇ ਜਿਹੜੀ ਕੱਟੀ ਹੈ ਨਾ ਉਹ ਕਮਾਲ ਦੀ ਹੈ। ਆ ਜਿਹੜੇ ਭਰਾ ਨੇ ਇੱਕ ਥਣ ਵੀ ਕੱਟੀ ਨੂੰ ਪਿਆ ਛੱਡਿਆ ਨਾ, ਤ੍ਰੈ ਚੂਹੇ ਵੀ ਆਇਆ ਅਤੇ ਤਾਂ ਵੀ ਕੱਟੀ ਬੜੀ ਬਣਨ ਆਈ। ਸੀਲ ਸੌ ਬੜੀ ਹੋਵੇ ਦੀ, ਕੋਈ ਵੰਗੇ ਸ਼ੰਗੇ ਦੀ ਨਹੀਂ ਲੋੜ ਹੋਣ ਦੀ। ਹੱਡੀ ਫਿਰ ਇੱਕ ਹੋਵੇ ਦੀ, ਕੁਸ਼ਲ ਬੜਾ ਬਰੀਕ, ਪੁਛਲੀ ਜਿਹੜੀ ਹੈ ਨਾ ਬੜੀ ਬਰੀਕ, ਅਤੇ ਇੱਕ ਹੱਡੀ ਦੀ ਫਿਰ ਝੋਟੀ ਹੈ। ਇਹ ਜਿਹੜੇ ਭਰਾ ਨੂੰ ਪਸੰਦ ਆਵੇ, ਮੁੱਲ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਕਰਦੇ ਹਾਂ, ਇਹ 4,45,000 ਦੀ ਜਾਣਾ ਫਾਈਨਲ ਝੋਟੀ ਦੇ ਦੇਣੀ ਹੈ। ਜਿਹੜੇ ਭਰਾ ਨੂੰ ਪਸੰਦ ਆਵੇ, ਮੁੱਲ ਕਰਨ ਨੂੰ ਭਾਵੇਂ ਦਾ 5 ਲੱਖ ਕਰ ਲੈਣਾ। ਆ ਸੈੱਟ ਬੜਾ ਖੂਬਸੂਰਤ ਹੈ, ਮਾਂ ਦੀ ਵੀ ਅੱਖ ਬੜੀ ਪਿਆਰੀ ਹੈ, ਅਤੇ ਥੱਲੇ ਜਿਹੜੀ ਧੀ ਹੈ ਨਾ ਖੂਬ ਹੂਤ ਆ ਖੁੰਜੇ ਮਾਂ ਦੀ ਤਿਉਹਾਰ ਦੀ, ਅਤੇ ਲੀਡ ਫਿਰ ਜਿਹੜਾ ਨਾ ਉਹ ਮੱਥੇ 'ਤੇ, ਪੈਰ ਚਾਰੇ ਧੋਤੇ, 5 ਕਲੀਆਂ ਨੇ, ਅਤੇ ਮਾਂ ਜਿਹੜੀ ਉਹਦੇ 2 ਪਿਛਲੇ ਪੈਰ ਧੋਤੇ ਨੇ, ਮੱਥਾ ਬੜਾ ਸੋਹਣਾ, ਅੱਖ ਛੱਲੇ ਆਈ। ਆ ਭਰਾਵਾਂ ਨੂੰ ਤਸੱਲੀ ਕਰਾ ਹੜਨੇ ਆ ਜੋ ਜਾ ਕੇ ਵੀ, ਅੰਮ ਸਾਹਿਬ ਲਿਬਾਸ ਦੀ ਤਸੱਲੀ ਹੋ ਗਈ ਹੈ ਨਾ। ਫਿਰ ਇਹ ਕੋਈ ਜਿਹੜਾ ਭਰਾ ਆਇਆ ਆ ਕੇ ਵੇਖੀ ਆ, ਜੋ ਕੁਝ ਹੁਣ ਵਹਿੰਦੇ ਹੋ ਪਏ ਉਹ ਵਾ ਕੁਝ ਲਿਬਾਸ ਜਿਹਾ ਝੋਟੀ ਦਾ, ਟਾਈਮ ਤੇ ਟਾਈਮ ਹੀ ਹੋਵੇ ਦਾ। ਫਿਰ ਲਿਬਾਸ ਇੰਝ ਦਾ ਬਾਈ, ਝੋਟੀ ਨੂੰ ਕੋਈ ਸੱਜੇ ਪਾਸੇ ਖੱਬੇ ਪਾਸੇ ਵੇ ਕਾਣ ਕੋਈ, ਲਿਬਾਸ ਬੜਾ ਸੋਹਣਾ ਪਧਰਾ ਹੈ। ਤਾਂ ਦੁੱਧ ਦੇਣੇ ਆਈ ਝੋਟੀ ਹੋਵੇ ਦੀ, ਕੋਈ ਜਿਹੜਾ ਨਾ ਆ ਲਿਬਾਸ ਜਿਹੜਾ ਕੋਈ ਲੋਹ ਸ਼ੋਲਾ ਨਹੀਂ ਸੀ ਚੁੱਕੀ ਆ।
ਕੱਟੀ ਫਿਰਦੇ ਆ ਨਾ ਉਹ ਬੜੀ ਸਿਹਤਮੰਦ ਹੈ। ਆ ਚੌੜੀ ਜਿਹੜੀ ਹੈ ਨਾ ਉਹ ਬਣਤਰ ਹੈ ਝੁੱਟ ਦੀ ਕੱਟੀ ਦੀ ਜਿਹੜੀ ਹੈ ਨਾ ਆ ਜਿਹੜੇ ਵੇਖ ਨੂੰ ਬੰਦਾ ਕੋਈ ਸਾਹਮਣੇ ਆਇਆ ਸਹੀ ਕੱਲ ਨੂੰ ਨਾ ਮਾਰ ਦੀ ਝੋਟੀ ਬਣੇ ਦੀ ਮਸਾਂ ਪਿੱਛੋਂ ਲਿਬਾਸ ਵਖਾਇਆ ਜੀ ਝੋਟੀ ਦਾ ਆ ਜਿੱਡੀ ਆਪ ਉਹਨਾਂ ਥੱਲੇ ਲਿਬਾਸ ਲਏ ਆ ਝੋਟੀ ਨੇ ਥਣ ਫਿਰ ਵੇਖਣਾ ਏਡਾ ਏਡਾ ਮੋਟਾ ਲੱਗਿਆ ਤੇ ਦੂਰ ਦੂਰ ਫਾਲਾਂ ਆਉਣ ਦੀਆਂ ਆ ਸ਼ੌਕ ਦੀ ਵਿਆਹ ਤੋਂ ਝੋਟੀ ਆਉਂਦੀ ਹੈ ਸ਼ਾਇਦ ਚੰਗੀ ਸੀ ਵਾ ਜਿਹੜਾ ਭਰਾ ਲੈ ਗਿਆ ਇਨਸ਼ਾਲਾ ਚੰਗੇ ਲਫ਼ਜ਼ਾਂ ਯਾਦ ਕਰੇਗਾ ਚੋਣ ਚਾਣ ਦੇ ਹੱਕ ਚੰਗੀ ਹੈ ਫਿਰ ਸੀਲ ਬੜੀ ਹੈ ਬਿਸ਼ੱਕ ਦੂਰ ਬੱਚਾ ਬੰਨ ਕੇ ਨਾ ਥੱਲੇ ਬਹਿ ਜਾਣਾ ਹੱਥ ਪਿਆ ਮਾਰਨਾ ਕੋਈ ਬੱਚਾ ਚ ਹੋਵੇ ਕੋਈ ਔਰਤ ਚ ਹੋਵੇ ਕੋਈ ਮਸਲੇ ਪਰੇਸ਼ਾਨੀ ਵਾਲੀ ਗੱਲ ਨਹੀਂ ਹੁਣ ਫਿਰ ਚਰਕੀ ਬੜੀ ਹੈ ਝੋਟੀ ਜੋ ਪਾ ਉਹਦੇ ਖਾਈ ਜਾਵੇ ਦੀ ਤੇ ਚੰਗੇ ਇਲਾਕੇ ਦੀ ਝੋਟੀ ਹੈ ਕੋਈ ਹੈ ਆਮ ਇਲਾਕੇ ਦੀ ਝੋਟੀ ਵੀ ਨਹੀਂ ਹੋਣ ਲੱਗੀ ਮੈਂ ਕਰਾਉਣਾ ਮੈਂ ਹਾਲੇ ਪਾਣੀ ਨਾ ਡਿੱਗੇ ਵਿੱਚ ਸੱਲੀ ਕਰਾਉਣੀ ਜਨਾਬ ਟੈਨਸ਼ਨ ਨਹੀਂ ਲੈਣੀ ਲਓ ਜੀ ਹਮਾ ਸਾਹਿਬ ਕਰਾਇਆ ਇਸ ਲਈ ਇਸ ਤਰ੍ਹਾਂ ਦੇ ਚੁਆ ਵਾ ਝੋਲੀ ਦਾ ਇਸ ਤਰ੍ਹਾਂ ਦਾ ਚੁਆ ਵਾ ਹਮਾ ਸਾਹਿਬ ਨਜ਼ਰ ਆ ਰਿਹਾ ਜੀ ਕੋਈ ਗੱਡ ਮਰੋੜੀ ਨਹੀਂ ਹੋਣਗੀ ਚੁਆ ਜਿਹੜਾ ਨਾ ਸੋਹਣਾ ਹੋਵੇ ਦਾ ਜਿਵੇਂ ਦਾ ਥਾਂ ਨਾ ਉਸ ਤਰ੍ਹਾਂ ਦੇ ਚੁਆ ਹੋਵੇ ਦਾ ਵਾਹਿਆ ਜੀ ਇਹ ਸਥਾਨ ਦੀ ਵਿਕਰਾ ਹੋਈ ਠੀਕ ਹੈ ਜੀ ਹੁਣ ਲਿਆਓ ਜੀ ਅੱਲਾ ਹਾਇਰ ਕਰੇ ਚੁਆਈ ਭਰਾਵਾਂ ਮੈਂ ਉਂਜ ਬੋਲਾ ਜਿਹਾ ਨਾ ਘੱਟ ਦੱਸਿਆ 11 ਲੀਟਰ ਜਾ ਕੇ ਘਰ ਵੱਧ ਹੋਵੇ ਦਾ ਅਤੇ ਝੋਟੀ ਜਨਾਬ ਗਰੰਟੀ ਨਾਲ ਦੁੱਧ ਜਿਹਾ ਨਾ 15 ਲੀਟਰ ਦੇ ਦੀ ਮੈਂ ਸ਼ਾਇਦ ਸੱਟ ਕੇ ਠੀਕ ਹੈ ਇਉਂ ਜਿਵੇਂ ਦਾ ਲਿਬਾਸ ਦੱਸਣ ਨੂੰ ਮੈਂ 18-20 ਲੀਟਰ ਵੀ ਦੱਸ ਸਕਦਾ ਵਾਂ ਲੇਕਿਨ ਜੇ ਮੱਝ 15-16 ਲੀਟਰ ਵੀ ਦੁੱਧ ਦੇ ਨਾ ਤਾਂ ਰੱਜ ਹੁੰਦਾ ਹੁਣ ਨਿੱਕਾ ਇੱਥੇ ਕੋਈ ਨਹੀਂ ਤਾਂ ਮੈਂ ਪਰਲੀ ਦੂਸਰੀ ਸਾਈਡ ਦੇ ਵੀ ਜਿਹਾ ਨਾ ਉਹਨੂੰ ਵਹਾ ਕੇ ਉਹਨੂੰ ਆਖਣਾ ਚੋ ਇਹਨੂੰ ਏਡੀਆਂ ਗਾਵਾਂ ਵੀ ਸੀਲ ਨਹੀਂ ਹੋਣ ਗਈਆਂ ਜਿੱਡੀ ਇਹ ਝੋਟੀ ਸੀਲ ਹੈ ਦੋਵੇਂ ਪਾਸੇ
ਮੈਂ ਬਹਿ ਕੇ ਤਸੱਲੀ ਕਰਾਉਣੀ ਸੀ। ਆਹ ਮਸਾਂ ਪਿੱਛੋਂ ਲਿਬਾਸ ਦੀ ਤਸੱਲੀ ਕਰਾਏ ਤਖਤੇ ਚਾੜੇ ਨੇ ਝੋਟੀ ਨੇ ਤੇ ਕੋਈ ਬਹਿਸਿਆ ਸਾ ਮੈਂ ਮੁੱਲ ਨਹੀਂ ਕੀਤਾ ਬਾਈ। ਆਖਿਆ ਫਾਈਨਲ 4,45,000 ਦੀ ਝੋਟੀ ਦੇਣੀ ਹੈ ਤੇ ਫਾਈਨਲ 4,45 ਹੈ ਮੁੱਲ ਕਰਨ ਨੂੰ ਭਾਵੇਂ ਦਾ। ਜੇ ਕਿਸੇ ਬੰਦੇ ਬਹਿਸ ਕਰਨੀ ਹੋਵੇ ਤਾਂ ਉਹਦੇ ਬਾਅਦ 5,00,000 ਰੁਪਈਆ। ਕੈਮਰਾ ਥੋੜਾ ਦੂਰ ਰੱਖੋ, ਕੈਮਰੇ ਤੋਂ ਸਹੀ ਦੀਜੇ ਝੋਟੀ ਜੀ ਤੁਹਾਨੂੰ ਮੈਂ ਦੱਸ ਦੇਣਾ। ਦੂਰ ਬਹਾਲ ਲਓ, ਕਿਹੜਾ ਕੋਈ ਨਜ਼ਰ ਨਹੀਂ ਪਈ ਆਉਂਦੀ। ਮਾਦਰਤ ਅਜ਼ਾਨਾਂ ਵੀ ਸ਼ੁਰੂ ਹੋ ਗਈਆਂ ਨੇ ਅਤੇ ਜੇ ਅਗਰ ਵੀਡੀਓ ਬੰਦ ਕਰਦੇ ਚੁਰਾਂ ਚੁ ਇੰਤਜ਼ਾਰ ਕਰਦੇ ਅਜ਼ਾਨਾਂ ਦਾ ਤਾਂ ਝੋਟੀ ਹੀ ਲੁੱਲ ਜਾਣਾ ਸੀ। ਬਸ ਪੁੱਤਰ ਕੀ ਐਵੇਂ ਕੈਮਰਾ ਦੂਰ ਰਹਿੰਦੇ ਹਾਂ ਤਾਂ ਅਸੀਂ ਦੂਰ ਬਣਾ ਲਓ। ਬਸ ਪੁੱਤਰ ਪਤਾ ਕਰਦਾ ਬਸ ਪੁੱਤਰ ਉਹਨਾਂ ਕੈਮਰਾ ਨੇੜੇ ਕਰਿਆ ਬਹੁਤ ਪਿੱਛੇ ਹੋ ਕੇ ਇੱਥੇ ਬਣਾਓ ਪਿਛਲੇ ਪਾਸ ਬੇਸ਼ੱਕ ਬਹਿ ਜਾਂਦੀ। ਨਹੀਂ ਨਜ਼ਰ ਆ ਰਿਹਾ ਨਹੀਂ ਆ ਰਿਹਾ ਤਾਂ ਸਾਈਡ ਤੇ ਹੋ ਜੀ। ਆਜ਼ਾਦ ਆ ਬਰਤਨ ਦੇ ਆ ਜਾਓ ਨਾ ਆ ਬਰਤਨ ਨੂੰ ਨਾ ਪਾਇਆ ਜੀ।
ਢੱਕਣ ਖੋਲ ਦਿਓ ਨਾ, ਤੂੰ ਖੋਲ ਦਿਓ ਨਾ, ਤੂੰ ਢੱਕਣ ਖੋਲ ਦਿਓ ਨਾ ਉਹਦਾ। ਬੋਲੇ ਦੀ ਚੋਟੀ ਬੋਲੇ ਜੀ ਝੋਟੀ ਦਾ ਜਿਹਾ ਨਾ ਨਾ ਉਹ ਫਿਰ ਇੱਕ ਹੋਵੇ ਦਾ ਇੱਕ ਲਾਲੀ ਮਾਜ ਬਹੁਤ ਚੰਗੀ ਹੁੰਦੀ ਹੈ। ਧਾਰਾ ਤੂੰ ਇੰਜ ਹੋਵੇ ਜਿਹੜਾ ਭਰਾ ਨੇ ਚੋਈ ਉਹਦਾ ਦਿਲ ਕਰਦਾ ਫਿਰ ਇਹਨੂੰ ਚੋਵਾਂ। ਵੰਗਾ ਲਾ ਉਹ ਤਾਂ ਠੀਕ ਹੈ ਤੁਹਾਡੀ ਮਰਜ਼ੀ ਹੈ, ਵੰਗੇ ਤੂੰ ਝੋਟੀ ਜਿਹਾ ਨਾ ਲੜਨੀ ਲੱਗੀ ਵੰਗੇ ਦੀ ਵੀ ਨਕਾਰੀ ਨਹੀਂ ਹੋ ਲਈ। ਉਂਝ ਕਿਸੇ ਭਰਾ ਨਾ ਲਾਣਾ ਆਇਆ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਹੋਣ ਲੱਗੀ। ਬੱਚਾ ਬਿਛਾ ਕੇ ਇੱਕ ਵਾਰੀ ਬੰਨ ਕੇ ਉਹ 5-7 ਮਿੰਟ ਫਿਰ ਟੁਰ ਕੇ ਆ ਕੇ ਫਿਰ ਮਾਜ ਦੇ ਥੱਲੇ ਬਹਿ ਲੈਣਾ, ਮਾਜ ਫਿਰ ਵੀ ਨਕਾਰੀ ਨਹੀਂ ਕਰ ਲਈ। ਹੁੰਦਾ ਹੀ ਹੈ ਨਾ ਮੱਝਾਂ ਦੇ ਕੋਲ ਬੱਚਾ ਲਾ ਕੇ ਨਾ ਹੀ ਥੱਲੇ ਬਹਿਣਾ ਪੈਂਦਾ, ਨਹੀਂ ਤਾਂ ਬਾਅਦ ਚੋਂ ਹਲ ਜਾਂਦੀਆਂ ਨੇ, ਮਾਝ ਹਲਣ ਨਹੀਂ ਲੱਗੀ। ਇਸ ਗੱਲ ਦੀ ਮੇਰੀ ਗਰੰਟੀ ਹੋਵੇ ਜੀ। ਮਾਝੀ ਕੋ ਬੜੀ ਜੂਦੀ ਹੈ ਭਰਾਵਾ, ਤਾਂ ਕੋਈ ਝੋਟੀ ਨੂੰ ਡਾਕਾ ਸ਼ਾਕਾ ਨਹੀਂ ਹੋਣਗਾ। ਬੋਲੇ ਝੋਟੀ ਹੈ, ਮੈਂ ਇਹਨੂੰ ਡਾਕਾ ਲਾ ਕੇ ਕੀ ਕਰਨਾ। ਆ ਟਾਈਮ ਤੂੰ ਜਿਹੜਾ ਨਾ ਚੁਆਈ ਜਿਹੜਾ ਨਾ ਉਹ 4 ਘੰਟੇ ਉੱਤੇ ਹੋਈ ਹੈ ਟਾਈਮ, ਬਾਰਿਸ਼ ਲੱਗੀ ਸੀ ਅਤੇ ਉਹਦੀ ਵਿਆਹ ਤੂੰ ਬਿਜਲੀ ਵੀ ਬੰਦ ਸੀ। ਟਾਈਮ ਦੇ ਟਾਈਮ ਆ ਕੇ ਤਾਂ ਭਰਾ ਵੇਖ ਲੈਣਾ ਝੋਟੀ ਦਾ ਲਿਬਾਸ ਜਿਵੇਂ ਤੁਸੀਂ ਵੇਹਦੇ ਸੋ ਪਏ ਚੁਆਈ ਤੋਂ ਪਹਿਲਾਂ, ਇੰਜੇ ਹੀ ਲਿਬਾਸ ਹੋਵੇ ਦਾ ਝੋਟੀ ਦਾ। ਪੂਰੀ ਸ਼ੌਂਕਾਂ ਵਾਲੀ ਝੋਟੀ ਹੈ, ਤਾਂ 10-11 ਲੀਟਰ ਬੋਲਾ ਇੱਕ ਦੋ ਦਿਨ ਦੀ ਸੂਈ ਮਾਝ ਦਾ 10-11 ਲੀਟਰ ਬੋਲਾ ਰੱਜ ਹੁੰਦਾ। ਮੂੰਹ ਦਬਾਨੀ ਬੰਦਾ ਆ ਛੱਡਦਾ ਅਤੇ ਜੇ ਡੱਬਾ ਮਾਰ ਲੱਗੀ ਉਸ ਵੇਲੇ ਆ ਨਾ ਉਹ ਕੋਈ ਨਹੀਂ ਪੂਰਾ ਹੁੰਦਾ। ਦੁੱਚੜੀ ਚੰਗੀ ਹੈ ਝੋਟੀ, ਉਹ ਨਾ ਲਿਆ ਉਹ ਸੁਹਾਮਾ ਸਾਹਿਬ ਇੱਕ ਵਾਰੀ ਪਿੱਛੇ ਲਿਬਾਸ ਨਹੀਂ ਹੁਣ ਤਾਂ ਸਾਡੀ ਕਿਰਾਇਆ ਚਲੋ ਬਤਾਰਦਾ ਰਹਿਣਗੇ ਉਹ ਆਸਾਮ ਘੱਲੂ ਚੜ ਗਈ ਛੋਟੀ ਆਮਾ ਸਾਹਿਬ ਲਿਬਾਸ ਵਖਾਇਆ ਜੀ ਐਂ ਪਛੜ ਹੋ ਗਈ। ਭਰਾਓ ਨਾ ਪੁੱਤਰ ਹੁਣ ਆ ਜਿਹੜੀ ਗੱਲ ਕੀਤੀ ਉਹਦਾ ਹਿਰ ਫਿਰ ਨਹੀਂ ਹੋਣਾ। ਦੁੱਧ ਲਿਬਾਸ ਹੈਗਾ ਸਾਰਾ ਆਹ ਲਵਾਮਾ ਸਾਹਿਬ ਵਖਾਇਆ ਜੀ
ਆ ਟਾਈਮ ਤੂੰ ਕੋਈ 4 ਘੰਟੇ ਉੱਤੇ ਦੇ ਆਣਾ ਹੋਏ ਆ ਝੋਟੀ ਨੂੰ। ਲਓ ਜੀ ਟਾਈਮ ਜਿਹਾ ਨਾ ਉਹ 16 ਮਿੰਟ ਦੀ ਵੀਡੀਓ ਹੋ ਗਈ ਹੈ, ਟਾਈਮ ਅੱਗੇ ਹੀ ਕਾਫੀ ਹੋ ਗਿਆ। ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਲਿਆ ਜੇ, ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਨੂੰ ਜਨਾਬ ਇਗਨੋਰ ਕਰ ਲਿਆ ਜੇ। ਦੁਆਵਾਂ ਯਾਦ ਰੱਖਿਆ ਜੇ, ਅੱਲਾ ਦੇ ਹਵਾਲੇ, ਨਾਰਾਏ ਹੈਦਰੀ।